ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੱਜ ਦਾ ਸਲੋਕ ਗੌੜੀ ਸੁਖਮਣੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਬਾਣੀ ਵਿੱਚ ਦੂਸਰਾ ਸਲੋਕ ਹੈ। ਇਸ ਅਸ਼ਟਪਦੀ ਦੇ ਚਾਰ ਪਦੇ ਅੱਜ ਵਿਚਾਰਨ ਦਾ ਯਤਨ ਕਰਾਂਗੇ। ਅਸ਼ਟਪਦੀ ਵਿੱਚ ਸਤਿਗੁਰੂ ਨੇ ਕਈ ਪ੍ਰਕਾਰ ਦਾ ਭੈ ਦਰਜ ਕੀਤਾ, ਕਈ ਪ੍ਰਕਾਰ ਦਾ ਡਰ ਕਿਹਾ ਹੈ, ਕਈ ਪ੍ਰਕਾਰ ਦਾ ਡਰ, ਕਈ ਪ੍ਰਕਾਰ ਦਾ ਭੈ ਹੈ। ਔਰ ਇਸ ਭੈ ਤੋਂ ਪ੍ਰਭਾਵਿਤ ਹੋ ਕੇ, ਡਰ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਅਰਦਾਸ ਦੀ ਗੱਲ ਕਰਦੇ ਨੇ। ਅਰਦਾਸ ਬਾਰੇ ਕਹਿੰਦੇ, ਉਹ ਡਰ ਸਾਰਾ ਅਸ਼ਟਪਦੀ ਵਿੱਚ ਉਚਾਰਨ ਕੀਤਾ ਔਰ ਸਤਿਗੁਰੂ ਨੇ ਸਭ ਤੋਂ ਪਹਿਲਾਂ ਇੱਕ ਬਚਨ ਕਿਹਾ, ਕਹਿੰਦੇ ਮਨੁੱਖ ਦੇ ਇੱਥੇ ਸੰਸਾਰ ਵਿੱਚ ਰਿਸ਼ਤੇ ਨੇ, ਸਭ ਤੋਂ ਪਹਿਲਾਂ ਜਨਮ ਲੈਂਦਾ ਅਤੇ ਮਾਂ ਦਾ ਸਹਾਰਾ, ਪਿਤਾ ਦਾ ਪਿਆਰ, ਪੁੱਤਰ ਦਾ ਮੋਹ, ਮਿੱਤਰਾਂ ਦਾ ਸਹਾਰਾ ਅਤੇ ਭਰਾਵਾਂ ਦੀ ਦੁਨੀਆ। ਬੰਦੇ ਨੂੰ ਇਹ ਸਾਰੇ ਸਹਾਰੇ ਕੰਮ ਦਿੰਦੇ ਨੇ, ਪਰ ਸਤਿਗੁਰੂ ਨੇ ਬਚਨ ਕੀਤੇ ਇੱਕ ਐਸੀ ਥਾਂ ਆਉਂਦੀ ਜਿੱਥੇ ਜਾ ਕੇ ਸਾਰੇ ਸਹਾਰੇ ਕੰਮ ਦੇਣ ਤੋਂ ਪਾਸੇ ਹੋ ਜਾਂਦੇ, ਉੱਥੇ ਕੋਈ ਸਹਾਇਕ ਨਹੀਂ, ਫਿਰ ਉੱਥੇ ਕੋਈ ਸਹਾਇਤਾ ਚਾਹੀਦੀ ਲੋੜ ਹੈ। ਉੱਥੇ ਉਸ ਥਾਂ 'ਤੇ ਸਤਿਗੁਰੂ ਆਪਣੇ ਮਨ ਨੂੰ ਉਚਾਰਨ ਕਰਕੇ ਕਹਿੰਦੇ, ਹੇ ਮਨ, ਜਿੱਥੇ ਤੇਰਾ ਕੋਈ ਵੀ ਸਹਾਇਕ ਨਹੀਂ, ਕੋਈ ਵੀ ਤੇਰੀ ਸਹਾਇਤਾ ਕਰਨ ਵਾਲਾ ਨਹੀਂ ਹੈ, ਉਸ ਥਾਂ 'ਤੇ ਤੈਨੂੰ ਪਰਮਾਤਮਾ ਦੇ ਨਾਮ ਨੇ ਸਹਾਇਤਾ ਦੇਣੀ ਹੈ, ਕਿਰਪਾ ਕਰਨੀ ਹੈ। ਫਿਰ ਹਜ਼ੂਰ ਨੇ ਇੱਕ ਐਸੀ ਦੁਨੀਆ ਦਾ ਵਰਣਨ ਕੀਤਾ ਜਿੱਥੇ ਬਹੁਤ ਵੱਡੀ ਮੁਸ਼ਕਲ ਬੰਦੇ ਨੂੰ ਘੇਰ ਲੈਂਦੀ ਹੈ, ਉਸ ਮੁਸ਼ਕਲ ਵਿੱਚੋਂ ਬਚਾਉਣ ਵਾਸਤੇ ਹੋਰ ਕੋਈ ਸਹਾਰਾ ਨਹੀਂ ਹੈ, ਹੋਰ ਕੋਈ ਆਸਰਾ ਨਹੀਂ, ਉਸ ਮੁਸ਼ਕਲ ਤੋਂ ਬਚਣ ਦਾ ਕੋਈ ਉਪਾਅ ਨਹੀਂ ਸੰਸਾਰ ਦੇ ਵਿੱਚ। ਕਹਿੰਦੇ ਨੇ ਉਸ ਥਾਂ 'ਤੇ ਵੀ ਕੇਵਲ ਨਾਮ ਹੀ ਬੰਦੇ ਦਾ ਸਹਾਇਕ ਹੈ। ਇਉਂ ਕਹੋ ਕਿ ਸਾਰੀ ਦੀ ਸਾਰੀ ਅਸ਼ਟਪਦੀ ਵਿੱਚ ਬੰਦੇ ਦਾ ਸਹਾਰਾ ਸਿਰਫ ਅਤੇ ਸਿਰਫ ਨਾਮ, ਇਹਦੇ ਨਾਲ ਨਿਭਣ ਵਾਲਾ, ਇਹਦੀ ਸਹਾਇਤਾ ਕਰਨ ਵਾਲਾ ਇਸ ਦਾ ਸਹਾਇਕ ਹੈ। ਅਤੇ ਜਿਹਨੇ ਸਾਧ ਸੰਗਤ ਇਹਨਾਂ ਡਰਾਂ ਤੋਂ ਡਰ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਸ਼ਰਨ ਵਿੱਚ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਐਸੇ ਲੋਕਾਂ ਦਾ ਵਰਣਨ ਕਰ ਰਹੇ ਨੇ। ਸਲੋਕ ਨੂੰ ਸਮਝਣ ਦਾ ਯਤਨ ਕਰੀਏ। ਪਰਮਾਤਮਾ ਦਾ ਇੱਕ ਸੁਭਾਅ ਇੱਥੇ ਗਿਣਿਆ, ਕਹਿਣ ਲੱਗੇ ਜਿਹੜੇ ਲੋਕ ਦੀਨ ਨੇ, ਕੰਗਾਲ ਨੇ,
ਜਿਹੜੇ ਬੇਸਹਾਰਾ ਹੋ ਜਾਂਦੇ ਨੇ, ਜਿਹੜੇ ਅਨਾਥ ਨੇ, ਵੈਸੇ ਤਾਂ ਸਾਧ ਸੰਗਤ ਇਉਂ ਕਹਿ ਲਈਏ ਇਸ ਜ਼ਮੀਨ 'ਤੇ ਕੋਈ ਵੀ ਬੰਦਾ ਸਾਧ ਸੰਗਤ ਪੂਰੀ ਤਰ੍ਹਾਂ ਸਮਰੱਥ ਨਹੀਂ, ਹਰ ਇੱਕ ਨੂੰ ਸਹਾਇਤਾ ਦੀ ਲੋੜ ਹੈ। ਵੱਡੇ ਵੱਡੇ ਲੋਕ ਉਹ ਵੀ ਯਤੀਮ ਹੋ ਗਏ, ਭਾਵੇਂ ਕਿੰਨਾ ਕੋਲ ਇੱਥੇ ਸਹਾਰਾ ਸੀ, ਕਿੰਨੇ ਧਨ ਦੇ ਮਾਲਕ ਸਨ, ਅਖੀਰ ਨੂੰ ਕੰਗਾਲ ਹੋਏ ਅਤੇ ਸਤਿਗੁਰੂ ਨੇ ਕਿਹਾ ਜੇ ਅਖੀਰ ਵੇਲੇ ਕੰਗਾਲ ਹੋਣਾ ਤਾਂ ਉਸ ਵੇਲੇ ਖਾਲੀ ਹੱਥ ਹੋਣਾ, ਅਤੇ ਬੰਦੇ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਮੇਰੇ ਹੱਥਾਂ ਵਿੱਚ ਕੁਝ ਵੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਲੋਕਾਂ ਦਾ ਵਰਣਨ ਕੀਤਾ ਹੈ ਜਿਹੜੇ ਜਾਗੇ ਨੇ। ਗੁਰਬਾਣੀ ਵਿੱਚ ਗਾਥਾ ਹੀ ਉਹਨਾਂ ਦੀ ਹੈ, ਧਰਮ ਵਿੱਚ ਵਿਆਖਿਆ ਹੀ ਉਹਨਾਂ ਦੀ, ਪੁਕਾਰ ਹੀ ਉਹਨਾਂ ਨੇ ਕੀਤੀ ਜਿਨ੍ਹਾਂ ਦਾ ਮਨ ਜਾਗ ਪਿਆ, ਜਿਨ੍ਹਾਂ ਦਾ ਮਨ ਸੁੱਤਾ ਰਿਹਾ ਕੇਵਲ ਸੰਸਾਰ ਦੇ ਪਦਾਰਥਾਂ ਵਿੱਚ ਫਸੇ ਰਹੇ, ਉਹਨਾਂ ਨੇ ਭਲਾ ਕਿੱਥੇ ਪੁਕਾਰ ਕਰਨੀ ਸੀ। ਜਿਹੜੇ ਜਾਗੇ ਉਹਨਾਂ ਨੇ ਅਰਦਾਸ ਕੀਤੀ ਹੈ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਦਿਸੇ, ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਅਹਿਸਾਸ ਹੋ ਗਿਆ ਅਤੇ ਅਰਦਾਸ ਦੀ ਦੁਨੀਆ ਵਿੱਚ ਚਲੇ ਗਏ। ਨਹੀਂ ਤਾਂ ਬਾਬਾ ਫਰੀਦ ਸਾਹਿਬ ਇੱਕ ਬਚਨ ਕਹਿੰਦੇ ਨੇ, ਕਹਿਣ ਲੱਗੇ ਇੱਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕਈ ਲੋਕ ਬੇਪਰਵਾਹ ਰਹਿੰਦੇ, ਜਿੰਨਾ ਬੰਦੇ ਦਾ ਮਨ ਸੁੱਤਾ ਹੈ, ਇੱਥੇ ਬੇਪਰਵਾਹੀ ਦੇ ਅਰਥ ਉਹ ਬੇਪਰਵਾਹੀ ਨਹੀਂ ਜਿਹੜੀ ਰੱਬ ਦੇ ਪਿਆਰਿਆਂ ਵਿੱਚ ਹੁੰਦੀ ਹੈ, ਇੱਥੇ ਬੇਪਰਵਾਹੀ ਦੇ ਅਰਥ ਉਹ ਬੇਪਰਵਾਹੀ ਨਹੀਂ ਜਿਹੜੇ ਰੱਬ ਦੇ ਪਿਆਰ ਵਿੱਚ ਜੁੜ ਕੇ ਬੇਡਰ, ਬੇਖੌਫ, ਬੇਪਰਵਾਹ ਹੋ ਜਾਂਦੇ। ਇੱਥੇ ਬੇਪਰਵਾਹੀ ਦਾ ਜ਼ਿਕਰ ਉਹਨਾਂ ਦਾ ਕੀਤਾ ਗਿਆ ਜਿਹੜਾ ਸਾਧ ਸੰਗਤ, ਜਿਹੜੇ ਲੋਕ ਗਾਫਲ ਹੋ ਜਾਂਦੇ ਨੇ, ਬਿਲਕੁਲ ਸੌਂ ਜਾਂਦੇ ਨੇ, ਉਹ ਅਰਦਾਸ ਨਹੀਂ ਕਰਦੇ, ਪਰ ਜਿਨ੍ਹਾਂ ਨੂੰ ਆਪਣੇ ਅੰਦਰ ਇਸ ਚੀਜ਼ ਦਾ ਸਮਝ ਆ ਜਾਏ ਕਿ ਜੀਵਨ ਸਰੀਰ ਦਾ ਬਹੁਤਾ ਲੰਬਾ ਨਹੀਂ, ਉਹਨਾਂ ਨੇ ਫਿਰ ਇੱਕ ਅਰਦਾਸ ਕੀਤੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਚਨ ਜਿਹੜਾ ਉਹਨਾਂ ਨੇ ਇੱਕ ਰੱਬ ਦੇ ਪਿਆਰੇ ਮਿਲਣ ਵਾਸਤੇ ਆਇਆ ਉਹਨਾਂ ਨੂੰ ਕਾਜੀ, ਜਦੋਂ ਕਈ ਦਿਨ ਮੰਜੇ 'ਤੇ ਪਏ ਸਨ ਅਤੇ ਸਾਧ ਸੰਗਤ ਉਹਨੂੰ ਉਪਦੇਸ਼ ਦਿੰਦਿਆਂ ਬਖਸ਼ਿਸ਼ ਕੀਤਾ, ਕਹਿੰਦੇ ਯਕ ਅਰਜ ਗੁਫਤਮ ਪੇਸ਼ ਤੋ ਦਰ ਗੋਸ਼ ਕੁੰਨ ਕਰਤਾਰ। ਯਕ ਅਰਜ, ਇੱਕ ਮੇਰੀ ਅਰਦਾਸ ਸੁਣ। ਅਰਦਾਸ ਕਿੰਨਾ ਨੇ ਕੀਤੀ, ਅੱਗੇ ਸਾਰੀ ਵਿਆਖਿਆ ਮੌਤ ਦੀ ਹੈ, ਜਿਹਦੇ ਵਿੱਚ ਕਹਿੰਦੇ ਨੇ ਹੇ ਪ੍ਰਭੂ ਮੇਰੀ ਅਰਦਾਸ ਸੁਣ, ਮੈਨੂੰ ਬਚਾ, ਆਖਰ ਮੇਰਾ ਸਹਾਇਕ ਕੋਈ ਵੀ ਨਹੀਂ ਹੈ, ਆਖਰ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ, ਮੌਤ ਨੇ ਮੇਰੇ ਕੇਸ ਆਪਣੇ ਹੱਥਾਂ ਵਿੱਚ ਫੜੇ ਹੋਏ ਨੇ, ਔਰ ਮੈਂ ਉਸ ਤੋਂ ਭੈਭੀਤ ਹੋ ਕੇ ਤੇਰੇ ਕੰਨ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ। ਹੋਰ ਵੀ ਬਚਨ ਕੀਤੇ, ਕਹਿਣ ਲੱਗੇ ਮੇਰੀ ਸਾਰੀ ਉਮਰ ਬਦੀ ਦੇ ਖਿਆਲਾਂ ਵਿੱਚ ਗਸ਼ਤ ਕਰਦਿਆਂ ਲੰਘਦੀ ਜਾ ਰਹੀ ਹੈ, ਕਦੀ ਅੰਦਰ ਚੰਗੇ ਖਿਆਲ ਨਹੀਂ ਆਏ, ਅਤੇ ਜਦੋਂ ਮੈਂ ਜਾਗਣਾ ਉਦੋਂ ਵੇਖਣਾ ਕਿ ਹੇ ਪਰਮਾਤਮਾ, ਹੇ ਖੁਦਾ, ਇਸ ਤਰ੍ਹਾਂ ਦਾ ਮਨ ਲੈ ਕੇ ਮੈਂ ਤੇਰੀ ਦਰਗਾਹ ਵਿੱਚ ਕਿਵੇਂ ਖੜਾ ਹੋਵਾਂਗਾ। ਜਿਨ੍ਹਾਂ ਨੂੰ ਆਪਣੇ ਅਵਗੁਣ ਦਿਸੇ ਨੇ, ਜਿਨ੍ਹਾਂ ਨੂੰ ਆਪਣਾ ਆਪ ਦਿਸ ਪਿਆ, ਅਰਦਾਸ ਉਹੀ ਕਰਨਗੇ। ਅਤੇ ਸਾਹਿਬ ਕਹਿੰਦੇ ਯਕ ਅਰਜ, ਯਕ ਦੇ ਅਰਥ ਨੇ ਇੱਕ, ਅਰਜ ਦੇ ਅਰਥ ਨੇ ਬੇਨਤੀ, ਮੇਰੀ ਇੱਕ ਅਰਦਾਸ ਹੈ।
ਸਾਹਿਬ ਕਹਿੰਦੇ ਯਕ ਅਰਜ ਗੁਫਤਮ। ਗੁਫਤਮ ਦੇ ਅਰਥ ਨੇ ਗੁਫਤਗੂ ਕਰਨੀ। ਗੁਫਤਗੂ ਦਾ ਅਰਥ ਹੈ ਕਿਸੇ ਬੰਦੇ ਨੂੰ ਆਪਣਾ ਨਿੱਜੀ ਦੁੱਖ ਦੱਸਣਾ, ਸਹਿਜੇ ਸਹਿਜੇ ਬੋਲਣਾ, ਕੰਨ ਵਿੱਚ ਗੱਲ ਕਰਨੀ। ਗੁਫਤਗੂ ਹੁੰਦੀ ਮਿੱਤਰ ਦੇ ਨਾਲ ਹੈ। ਜਿਹੜਾ ਦੋਸਤ ਹੋਵੇ, ਜਿਹੜਾ ਮਿੱਤਰ ਹੋਵੇ, ਗੁਫਤਗੂ ਉਹਦੇ ਨਾਲ ਹੀ ਹੁੰਦੀ, ਦੂਜੇ ਨਾਲ ਨਹੀਂ। ਦੂਜੇ ਨੂੰ ਬੰਦਾ ਉੱਚੀ ਜਿਹੀ ਆਵਾਜ਼ ਵਿੱਚ ਬੋਲ ਦਿੰਦਾ, ਕੰਮ ਤੂੰ ਮੇਰਾ ਕਰੇਂਗਾ ਕਿ ਨਹੀਂ ਕਰੇਂਗਾ, ਪਰ ਜਿਹੜਾ ਪਿਆਰ ਵਾਲਾ ਹੁੰਦਾ ਉਹਦੇ ਨਾਲ ਗੁਫਤਗੂ ਕਰਦਾ। ਸਾਹਿਬ ਕਹਿੰਦੇ ਅਰਦਾਸ ਕਰਨੀ ਸਿੱਖ, ਅਰਦਾਸ ਕਰਨੀ ਹੈ ਅਤੇ ਰੱਬ ਨੂੰ ਕੰਨ ਵਿੱਚ ਕਿਹਾ ਕਰ। ਸਾਹਿਬ ਕਹਿੰਦੇ ਯਕ ਅਰਜ ਗੁਫਤਮ ਪੇਸ਼ ਤੋ, ਤੇਰੇ ਅੱਗੇ ਪੇਸ਼ ਹੋ ਕੇ, ਤੇਰੇ ਅੱਗੇ ਹਾਜ਼ਰ ਹੋ ਕੇ ਮੈਂ ਅਰਦਾਸ ਕਰਨਾ। ਗੋਸ਼ ਕੁੰਨ ਕਰਤਾਰ, ਗੋਸ਼ ਕੰਨ ਮੇਰੇ ਵੱਲ ਕਰ, ਕਿਉਂਕਿ ਜਿਹੜੇ ਰੱਬ ਦੇ ਪਿਆਰ ਵਾਲੇ ਨੇ ਉਹ ਰੱਬ ਨੂੰ ਆਪਣੇ ਪਿਆਰ ਕਰਕੇ ਮਜਬੂਰ ਕਰ ਦਿੰਦੇ ਨੇ ਕਿ ਤੂੰ ਆਪਣਾ ਕੰਨ ਮੇਰੇ ਵੱਲ ਕਰ। ਉਹ ਇਕੱਲੇ ਨਹੀਂ ਬੋਲਦੇ, ਉਹ ਆਪਣੇ ਵੱਲੋਂ ਨਹੀਂ ਬੋਲੀ ਜਾਂਦੇ, ਉਹ ਨਾਲ ਨਾਲ ਇਹ ਵੀ ਕਹਿੰਦੇ ਨੇ ਮੈਂ ਕਹੀ ਜਾਂਦਾ, ਪਤਾ ਨਹੀਂ ਤੂੰ ਸੁਣਨਾ ਵੀ ਹੈ ਪਿਆ ਕਿ ਨਹੀਂ, ਕਿਤੇ ਮੈਂ ਇਕੱਲਾ ਹੀ ਨਾ ਰਹਿ ਜਾਂ। ਤੂੰ ਸੁਣਨ ਵਾਲਾ ਵੀ ਹੈ ਕਿ ਨਹੀਂ, ਤੂੰ ਸੁਣ ਤਾਂ ਮੈਂ ਕਵਾਂਗਾ, ਜੇ ਤੂੰ ਮੇਰੇ ਵੱਲ ਮੂੰਹ ਕਰੇਗਾ ਤੇ ਤਾਂ ਗੱਲ ਕਰਾਂਗਾ, ਨਹੀਂ ਤੇ ਮੈਂ ਵੀ ਬੋਲਣਾ ਨਹੀਂ। ਇਹ ਦੁਨੀਆ ਉਹਨਾਂ ਉੱਚੀ ਦੁਨੀਆ ਵਾਲੇ ਲੋਕਾਂ ਦੀ ਦਸ਼ਾ ਹੈ ਜਿਹਦੇ ਵਿੱਚ ਕਹਿੰਦੇ ਗੋਸ਼ ਕੁੰਨ ਕਰਤਾਰ, ਹੇ ਕਰਤਾਰ ਮੇਰੀ ਗੱਲ ਨੂੰ ਕੰਨ ਵਿੱਚ ਧਿਆਨ ਨਾਲ ਸੁਣ। ਕਹਿੰਦੇ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਹੱਕਾ ਸ਼ਬਦ ਹੱਕ ਤੋਂ ਬਣਿਆ, ਹੱਕ ਦੇ ਅਰਥ ਨੇ ਸੱਚ, ਤੂੰ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ। ਕਬੀਰ ਬੜਾ ਵੱਡਾ ਹੈ ਤੂੰ, ਕਰੀਮ, ਕਰੀਮ ਦਾ ਅਰਥ ਹੈ ਕਰਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ। ਹੱਕਾ ਕਬੀਰ ਕਰੀਮ ਤੂੰ, ਫਿਰ ਬੇਐਬ, ਐਬ ਦੇ ਅਰਥ ਨੇ ਗੁਨਾਹ ਬੁਰਾਈਆਂ, ਤੇਰੇ ਵਿੱਚ ਗੁਨਾਹ ਕੋਈ ਨਹੀਂ, ਤੇਰੇ ਵਿੱਚ ਬੁਰਾਈ ਕੋਈ ਨਹੀਂ, ਬੇਐਬ ਅਤੇ ਇੱਕ ਤੇਰਾ ਗੁਣ। ਕਹਿੰਦੇ ਤੂੰ ਪਰਵਤਗਾਰ ਹੈ, ਸਾਰੇ ਲੋਕਾਂ ਦੀ ਪਾਲਣਾ ਕਰਨ ਵਾਲਾ ਹੈ, ਬੇਐਬ ਪਰਵਤਗਾਰ। ਜਦੋਂ ਇਸ ਤਰ੍ਹਾਂ ਅਰਦਾਸ ਕੀਤੀ ਤਾਂ ਅਕਾਲ ਪੁਰਖ ਨੇ ਕਿਹਾ ਦੱਸ ਕੀ ਕਹਿਣ ਆਇਆ, ਕਿਹੜੀ ਗੱਲ ਮੈਨੂੰ ਕਹਿਣਾ ਚਾਹੁੰਦਾ ਹੈ। ਅਤੇ ਸਾਹਿਬ ਅੱਗੇ ਬਚਨ ਕਹਿੰਦੇ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਮੈਂ ਇਹ ਕਹਿਣ ਆਇਆ ਜਿਸ ਦੁਨੀਆ ਵਿੱਚ ਮੈਨੂੰ ਤੂੰ ਭੇਜਿਆ, ਇਹ ਸੁੰਦਰ ਬੜੀ, ਖਿੱਚਦਾਇਕ ਬੜੀ ਏ, ਲੁਭਾਏ ਮਾਣ ਬੜੀ ਏ, ਇਹ ਤੇ ਇਹਦਾ ਬਾਹਰਲਾ ਹਿੱਸਾ ਹੈ, ਪਰ ਇਹਦੇ ਥੱਲੇ ਇਹ ਨਾਸ਼ ਮਾਣ ਤਾਂ ਇਹਦੇ ਵਿੱਚ ਬੜੀ, ਕਦੀ ਕਾਇਮ ਨਹੀਂ ਰਹਿੰਦੀ। ਜਿੰਨੇ ਆਏ ਪੂਰਾਂ ਦੇ ਪੂਰ ਲੰਘਾ ਦਿੱਤੇ ਇੱਥੋਂ ਸੰਸਾਰ ਦੇ ਵਿੱਚੋਂ, ਪਤਾ ਨਹੀਂ ਕਿੰਨੇ ਕੁ ਸਾਡੇ ਤੋਂ ਪਹਿਲਾਂ ਲੰਘੇ। ਮੈਂ ਇਹ ਅਰਦਾਸ, ਇਹ ਬੇਨਤੀ ਤੇਰੇ ਚਰਨਾਂ ਵਿੱਚ ਕਰਨ ਆਇਆ। ਮੈਂ ਗੱਲ ਕਰ ਰਿਹਾ ਸੀ ਕਿ ਸਾਧ ਸੰਗਤ, ਇਹ ਅਰਦਾਸ ਉਹਨਾਂ ਨੇ ਕੀਤੀ ਜਿਨ੍ਹਾਂ ਨੂੰ ਆਪਣੇ ਜੀਵਨ ਦਾ ਅੰਤ ਦਿਸਿਆ ਹੈ, ਇਹ ਇੱਕ ਸੱਚਾਈ। ਕਿਸੇ ਨੇ ਬੜੇ ਡੂੰਘੇ ਅਰਥ ਕੀਤੇ ਨੇ ਨਾਮ ਦੇ, ਨਾਮ ਦੇ ਅਰਥ ਅਸੀਂ ਕਈ ਕਰਨੇ ਹਾਂ, ਉਹਨੇ ਅਰਥ ਬੜੇ ਪਿਆਰ ਵਿੱਚ ਕਹਿੰਦੇ ਨਾਮ ਬਰਾਬਰ ਹੈ ਮੌਤ, ਜਿਹੜੀ ਚੀਜ਼ ਨਾਲ ਮੌਤ ਦਿਸ ਪਏ ਸਮਾਪਤੀ। ਕਿਸੇ ਨੇ ਪੁੱਛਿਆ ਸੀ ਕਿਸੇ ਫਕੀਰ ਨੂੰ
ਫਕੀਰੀ ਦੇ ਅਰਥ ਦੱਸੋ ਤਿੰਨ ਅੱਖਰ ਨੇ। ਫਕੀਰੀ ਦੇ ਅਰਥ ਉਹਨੇ ਕਿਹਾ ਬਹੁਤੇ ਲੰਬੇ ਅਰਥ ਨੇ। ਫਕੀਰੀ ਬਰਾਬਰ ਹੈ ਫਨਾ, ਫਨਾ ਦਾ ਅਰਥ ਹੈ ਫਕੀਰ ਉਹ ਜਿਹਨੇ ਫਨਾ ਨੂੰ ਵੇਖ ਲਿਆ, ਜਿਹਨੇ ਸਮਾਪਤੀ ਨੂੰ ਵੇਖ ਲਿਆ, ਜਿਹਨੇ ਅੰਤ ਨੂੰ ਵੇਖ ਲਿਆ, ਅਤੇ ਜਿਹਨੇ ਅੰਤ ਨੂੰ ਵੇਖਿਆ ਉਹੀ ਬੇਅੰਤ ਨੂੰ ਵੇਖ ਸਕਿਆ। ਅੰਤ ਹੀ ਦਰਵਾਜ਼ਾ ਹੈ ਬੇਅੰਤ ਦਾ, ਜਿਹਨੂੰ ਅੰਤ ਨਹੀਂ ਦਿਸਿਆ ਉਹ ਬੇਅੰਤ ਨੂੰ ਕਿਵੇਂ ਵੇਖੇਗਾ। ਇਸ ਕਰਕੇ ਅੱਜ ਦੇ ਸਲੋਕ ਵਿੱਚ ਇੱਕ ਦਰਦ, ਇੱਕ ਦੁੱਖ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਨੇ। ਕਹਿੰਦੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰ, ਕਿਉਂਕਿ ਅਰਦਾਸ ਕਰਨ ਲਈ ਪਹਿਲਾਂ ਇੱਕ ਸ਼ਬਦ ਵਰਤਿਆ ਅੱਗੇ ਤੇ ਅਰਦਾਸ ਹੈ ਨਾ ਇਸ ਸਲੋਕ ਵਿੱਚ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਇਹਦੇ ਅਰਥ ਮੈਂ ਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਹੇ ਪ੍ਰਭੂ ਤੁਹਾਡੀ ਸ਼ਰਨ ਵਿੱਚ ਆਇਆ, ਤੁਹਾਡੀ ਹਜ਼ੂਰੀ ਵਿੱਚ ਆਇਆ। ਕੀ ਕਰਨ ਆਇਓ, ਕੀ ਕੰਮ ਪੈ ਗਿਆ, ਜ਼ਰੂਰਤ ਦੱਸੋ, ਕਿਉਂ ਆਇਓ। ਕਹਿਣ ਲੱਗੇ ਦਰਦ ਹੈ ਜ਼ਿੰਦਗੀ ਵਿੱਚ ਅਤੇ ਦੁੱਖ ਹੈ, ਦੋ ਚੀਜ਼ਾਂ ਨੇ। ਦਰਦ ਦੋ ਤਰ੍ਹਾਂ ਦਾ, ਸਾਧ ਸੰਗਤ ਦੁੱਖ ਦੋ ਤਰ੍ਹਾਂ ਦਾ। ਇੱਕ ਦੁੱਖ ਸਾਨੂੰ ਹੈ, ਜਿਵੇਂ ਅਸੀਂ ਸੰਸਾਰੀ ਲੋਕ ਆ, ਸਾਨੂੰ ਦੁੱਖ ਹੈ ਸੰਸਾਰ ਕਿਤੇ ਸਾਡੇ ਤੋਂ ਛੁੱਟ ਨਾ ਜਾਏ, ਸੰਸਾਰ ਵਿੱਚ ਸਾਨੂੰ ਕੋਈ ਘਾਟਾ ਨਾ ਪੈ ਜਾਏ, ਸਾਡਾ ਦੁੱਖ ਹੈ। ਅਤੇ ਇੱਕ ਦੂਸਰੇ ਲੋਕਾਂ ਦਾ ਦੁੱਖ ਹੈ, ਉਹ ਕਹਿੰਦੇ ਨੇ ਤੇਰੀ ਯਾਦ ਭੁੱਲ ਜਾਂਦੀ, ਇਸ ਤੋਂ ਵੱਡਾ ਹੋਰ ਕੋਈ ਦੁੱਖ ਹੀ ਨਹੀਂ। ਕੋਈ ਇਸ ਤਰ੍ਹਾਂ ਦੀ ਜੁਗਤ, ਇਸ ਤਰ੍ਹਾਂ ਦੀ ਕਿਰਪਾ ਕਰ ਤੇਰੀ ਯਾਦ ਨਾ ਅੰਦਰੋਂ ਨਿਕਲੇ। ਇਹ ਦੋ ਤਰ੍ਹਾਂ ਦੇ ਦੁਖੀ ਨੇ ਇੱਥੇ। ਇਸ ਕਰਕੇ ਕਹਿੰਦੇ ਸ਼ਰਨ ਵਿੱਚ ਜਾ ਕੇ ਜਦੋਂ ਅਰਦਾਸ ਕੀਤੀ, ਅਤੇ ਅਰਦਾਸ ਵਾਸਤੇ ਇੱਕ ਸ਼ਬਦ ਪਹਿਲਾਂ ਵਰਤਿਆ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅਰਦਾਸੀਆ ਉਹ ਜਿਹੜਾ ਦੀਨ, ਅਰਦਾਸੀਆ ਉਹ ਜਿਹੜਾ ਭਿਖਾਰੀ, ਅਰਦਾਸੀਆ ਉਹ ਜਿਹਦਾ ਦਾਵਾ ਕੋਈ ਨਹੀਂ। ਦੀਨ ਸ਼ਬਦ ਵਰਤਿਆ, ਦੀਨ ਦਰਦ ਦੁੱਖ ਭੰਜਣਾ, ਤੂੰ ਦੀਨਾਂ ਦਾ ਦਰਦ ਅਤੇ ਦੁੱਖ ਤੋੜ ਦਿੰਦਾ ਹੈ। ਸਪਸ਼ਟ ਇੱਥੇ ਦੱਸਿਆ ਦੀਨ ਕੌਣ ਹੈ। ਹੁਣ ਆਪਾਂ ਉਸ ਅਹੁਦੇ 'ਤੇ ਪਹੁੰਚੀਏ, ਖਿਆਲ ਕਰ, ਦੁੱਖ ਅਤੇ ਦਰਦ ਅਸੀਂ ਹਟਾਉਣ ਦੀ ਗੱਲ ਜ਼ਰੂਰ ਕਰਨੇ ਆ, ਮਨ ਵਿੱਚ ਸ਼ੰਕੇ ਵੀ ਉੱਠਦੇ ਨੇ, ਸੁਭਾਵਿਕ ਨੇ। ਜਦੋਂ ਬੰਦਾ ਕੋਈ ਕੰਮ ਕਰੇ ਉਹਦੇ ਨਤੀਜੇ ਨਾ ਆਉਣ, ਉਹਦੇ ਸਿੱਟੇ ਨਾ ਨਿਕਲਣ, ਅਤੇ ਕੁਦਰਤੀ ਤੌਰ 'ਤੇ ਬੰਦਾ ਗੁਰੂ ਨੂੰ ਕਹੇਗਾ ਕੀਤਾ ਤਾਂ ਮੈਂ ਹੈ, ਹੋਇਆ ਕੁਝ ਵੀ ਨਹੀਂ। ਸਤਿਗੁਰੂ ਉਸ ਦੁੱਖ ਅਤੇ ਦਰਦ ਭੰਨਣ ਦੀ ਘੜੀ ਦਾ ਵਰਣਨ ਕਰ ਰਹੇ ਨੇ। ਕਿਹੜੇ ਲੋਕਾਂ ਦਾ ਤੂੰ ਦੁੱਖ ਅਤੇ ਦਰਦ ਭੰਨਣਾ ਜਿਹੜੇ ਦੀਨ ਹੋ ਜਾਂਦੇ ਨੇ। ਦੀਨ ਦੇ ਅਰਥ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੀਨ ਦੇ ਅਰਥ ਹੋਣਗੇ ਧਰਮ, ਜਿਵੇਂ ਆਪਾਂ ਕਹਿੰਦੇ ਹਾਂ ਇਸ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੈ। ਜਿੱਥੇ ਇਹ ਸ਼ਬਦ ਆਏਗਾ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ, ਉੱਥੇ ਦੀਨ ਦੇ ਅਰਥ ਹੋਣਗੇ ਧਰਮ। ਜਿੱਥੇ ਜਾ ਕੇ ਇਹ ਅੱਖਰ ਆਉਣਗੇ ਜਿਹਦੇ ਵਿੱਚ ਕਬੀਰ ਜੀ ਕਹਿੰਦੇ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉੱਥੇ ਦੀਨ ਦੇ ਅਰਥ ਹੋਣਗੇ ਧਰਮ। ਪਰ ਜਿੱਥੇ ਇਹ ਦੀਨ ਸ਼ਬਦ ਆਇਆ ਇਹਦੇ ਅਰਥ ਹੋਣਗੇ ਕੰਗਾਲ, ਇਹਦੇ ਅਰਥ ਹੋਣਗੇ ਯਤੀਮ। ਕਿੰਨਾ ਦੇ ਦੁੱਖ ਤੂੰ ਤੋੜੇ ਨੇ ਜਿਹੜੇ ਯਤੀਮ ਹੋ ਗਏ, ਜਿਹੜੇ ਕੰਗਾਲ ਹੋ ਗਏ, ਜਿਹੜੇ ਗਰੀਬ ਹੋ ਗਏ। ਹੁਣ ਇੱਥੇ ਅਸੀਂ ਕਹਾਂਗੇ ਫਿਰ ਅਰਦਾਸ ਉਹੀ ਕਰਨ ਜਿਹੜੇ ਗਰੀਬ ਹੋ ਗਏ ਨੇ, ਅਰਦਾਸ ਤਾਂ ਉਹੀ ਕਰਨ ਨਾ ਜਿਹੜੇ
ਯਤੀਮ ਹੋ ਗਏ ਨੇ। ਯਤੀਮ ਦੇ ਅਰਥ ਜਿਹਦਾ ਮਾਤਾ ਪਿਤਾ ਕੋਈ ਨਹੀਂ ਰਿਹਾ, ਜਿਹਦਾ ਆਸਰਾ ਕੋਈ ਨਹੀਂ, ਉਹ ਹੀ ਕਰਨ ਨਾ ਅਰਦਾਸ। ਇਹ ਸ਼ਰਤ ਗੁਰੂ ਅਰਜਨ ਦੇਵ ਜੀ ਨੇ ਲਾ ਦਿੱਤੀ, ਦੁੱਖ ਉਹਨਾਂ ਦਾ ਟੁੱਟੇਗਾ ਜਿਹੜੇ ਦੀਨ ਬਣ ਕੇ ਅਰਦਾਸ ਕਰਨਗੇ। ਕੌਣ ਦੀਨ ਨਹੀਂ ਇਸ ਧਰਤੀ 'ਤੇ? ਜਿਨ੍ਹਾਂ ਲੋਕਾਂ ਦੀਆਂ ਹਜ਼ਾਰਾਂ ਬਾਹਾਂ ਨੇ ਚੌਵਾਂ ਪਾਸੇ, ਉਹ ਵੀ ਦੀਨ ਨੇ ਜੇ ਸੱਚਾਈ ਵਿੱਚ ਵੇਖਣ। ਕਹਿੰਦੇ ਦੀਨ ਬਣ ਕੇ, ਜਿਵੇਂ ਕੱਲ੍ਹ ਬੇਨਤੀ ਕੀਤੀ ਸੀ, ਇੱਕ ਦਿਹਾੜੀਦਾਰ ਹੈ, ਉਹ ਦਿਹਾੜੀ ਕਰਕੇ ਪੈਸੇ ਮੰਗਦਾ ਅਤੇ ਛਾਤੀ ਠੋਕ ਕੇ ਮੰਗਦਾ। ਇੱਕ ਭਿਖਾਰੀ ਹੈ ਅਤੇ ਉਹ ਬਾਹਰੋਂ ਆਇਆ, ਉਹ ਕਹਿੰਦਾ ਦਾਵਾ ਮੇਰਾ ਕੋਈ ਨਹੀਂ, ਮੈਂ ਸਿਰਫ ਤੇਰੇ ਤਰਸ 'ਤੇ ਖੜਾ, ਜੇ ਤੈਨੂੰ ਮੇਰਾ ਤਰਸ ਆ ਗਿਆ ਮੇਰੇ 'ਤੇ, ਮੇਰੀ ਝੋਲੀ ਵਿੱਚ ਕੁਝ ਨਾ ਕੁਝ ਪਾ ਦੇਈਂ, ਨਾ ਤਰਸ ਆ ਗਿਆ ਤਾਂ ਚਲਾ ਜਾਵਾਂਗਾ, ਦਾਵਾ ਮੇਰਾ ਕੋਈ ਨਹੀਂ। ਪਰ ਦਿਹਾੜੀਦਾਰ ਜਿਹੜਾ ਹੈ ਉਹ ਸਾਧ ਸੰਗਤ ਦਿਹਾੜੀ ਦਾ ਦਾਵਾ ਕਰ ਲੈਂਦਾ। ਠੀਕ ਹੈ, ਗੁਰਬਾਣੀ ਵਿੱਚ ਵੀ ਕਿਹਾ ਲਾਹਾ ਖਟਿਓ ਦਿਹਾੜੀ, ਪਰ ਇੱਧਰ ਸੰਕੇਤ ਕੀਤਾ ਸਤਿਗੁਰੂ ਕਹਿੰਦੇ ਸੰਸਾਰ ਦਾ ਦਿਹਾੜੀਦਾਰ ਨਾ ਬਣੀ, ਉਹ ਦਾਵਾ ਕਰ ਪੈਂਦਾ ਹੈ ਦਿਹਾੜੀ ਜ਼ਰੂਰ ਕਰ ਗੁਰੂ ਦੇ ਅੱਗੇ, ਪਰ ਹੰਕਾਰ ਨਾ ਕਰੀ। ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਉਹ ਚਾਕਰ ਪ੍ਰਵਾਨ ਨਹੀਂ। ਇਸ ਕਰਕੇ ਦੋ ਗੱਲਾਂ ਚੇਤੇ ਵਿੱਚ ਪੱਕੀਆਂ ਕਰ ਲਈਏ। ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ, ਜੋ ਕੁਝ ਰੱਬ ਦੇ ਘਰੋਂ ਮਿਲਦਾ ਉਹ ਬੰਦੇ ਦੀ ਕਮਾਈ ਦਾ ਸਿੱਟਾ ਨਹੀਂ, ਜੋ ਦਾਨ ਵਿੱਚ ਮਿਲਦਾ ਹੈ, ਦਾਨ ਮਿਲੇਗਾ, ਦਾਨ ਹੈ ਸਭ ਕੁਝ, ਇੱਥੇ ਹੋਰ ਕੁਝ ਵੀ ਨਹੀਂ, ਇੱਥੇ ਮਿਲੇ ਹੀ ਦਾਨ। ਅਤੇ ਦਾਨ ਕਿਹਨਾਂ ਨੂੰ ਮਿਲਿਆ? ਜਿਹੜੇ ਭਿਖਾਰੀ ਬਣੇ ਨੇ। ਦਾਅਵੇ ਵਾਲਿਆਂ ਨੂੰ ਦਾਨ ਨਹੀਂ ਮਿਲਦਾ, ਹੰਕਾਰ ਵਾਲਿਆਂ ਨੂੰ ਦਾਨ ਨਹੀਂ ਮਿਲਦਾ। ਧਰਮ ਹੈ ਹੀ ਦਾਨ, ਦਾਨ ਕੀਤਾ ਜਾਂਦਾ, ਕਮਾਈ ਦਾ ਤਾਂ ਵਿਸ਼ਾ ਹੀ ਕੋਈ ਨਹੀਂ ਹੈ। ਕਮਾਈ ਨਾਲ ਜਿਹੜੀ ਚੀਜ਼ ਲਵਾਂਗੇ ਉਹ ਤਾਂ ਖਤਮ ਹੋ ਜਾਏਗੀ ਕੱਲ੍ਹ, ਜਿਹੜਾ ਅਸੀਂ ਕੁਝ ਗਿਣ ਕੇ ਲਿਆ ਹੈ ਨਾ ਉਹ ਖਤਮ ਹੋ ਜਾਏਗਾ। ਧਰਮ ਵੀ ਖਤਮ ਹੁੰਦੇ ਨੇ ਬਹੁਤ ਸਾਰੇ, ਉੱਥੇ ਉਹ ਤੋਟ ਆ ਜਾਂਦੀ ਹੈ। ਜਿਹੜੀਆਂ ਚੀਜ਼ਾਂ ਅਸੀਂ ਗਿਣ ਗਿਣ ਕੇ ਲਈਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਦਾਨ ਕਦੀ ਖਤਮ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਨੇ ਕਿਹਾ ਭਿਖਾਰੀ ਬਣ, ਦੀਨ ਬਣ। ਹਾਂ, ਦੀਨ ਬਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਦੀਨ ਬਣਨ ਵਾਸਤੇ, ਭਿਖਾਰੀ ਬਣਨ ਵਾਸਤੇ ਬੰਦੇ ਨੂੰ ਇੱਕ ਪ੍ਰੋਸੀਜਰ ਵਿੱਚੋਂ ਗਿਣਨਾ ਗੁਜ਼ਰਨਾ ਪੈਂਦਾ ਹੈ। ਕਿਤੇ ਸੌਖਾ ਹੈ ਭਿਖਾਰੀ ਬਣਨਾ ਸਾਧ ਸੰਗਤ? ਕਿਵੇਂ ਬੰਦਾ ਅਖਵਾਏਗਾ, ਕਿੰਨੀਆਂ ਗੱਲਾਂ ਵਿੱਚੋਂ ਲੰਘੇਗਾ? ਭਿਖਾਰੀ ਬਣਨਾ ਕੋਈ ਸੌਖੀ ਗੱਲ? ਬਹੁਤ ਔਖਾ ਹੈ। ਇਸ ਕਰਕੇ ਭਿਖਾਰੀ ਬਣਨ ਤੋਂ ਬਿਨਾਂ ਇਸ ਘਰ ਵਿੱਚ ਦਾਨ ਝੋਲੀ ਵਿੱਚ ਨਹੀਂ ਪੈਂਦਾ, ਮਾਣ ਦਾ ਰਸਤਾ ਨਹੀਂ, ਬੇਪਰਵਾਹੀ ਦੀ ਗੱਲ ਅੱਗੇ ਜਾ ਕੇ ਆਉਂਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਮੈਂ ਅਖਰੀ ਅਰਥਾਂ ਵੱਲ ਤੁਰਨ ਦਾ ਯਤਨ ਕਰਾਂ, ਸ਼ਬਦ ਬਹੁਤ ਲੰਬੇ ਨੇ। ਕਹਿਣ ਲੱਗੇ ਦੀਨ ਬਣ ਕੇ ਅਰਦਾਸ ਕਰ, ਦੀਨ ਦਰਦ ਦੁੱਖ ਭੰਜਨਾ। ਜਿਹੜੇ ਦੀਨ ਯਤੀਮ ਗਰੀਬ ਅਨਾਥ ਬਣ ਕੇ ਅਰਦਾਸ ਕਰਦੇ ਨੇ, ਉਹਨਾਂ ਦਾ ਦਰਦ ਉਹਨਾਂ ਦਾ ਦੁੱਖ ਪਰਮਾਤਮਾ ਤੋੜ ਦਿੰਦਾ। ਘੱਟ ਘੱਟ ਨਾਥ ਅਨਾਥ, ਕਿਉਂਕਿ ਉਹ ਹਰ ਇੱਕ ਸਰੀਰ ਵਿੱਚ ਵਿਦਮਾਨ ਹੈ। ਅਤੇ ਨਾਥ ਦਾ ਅਰਥ ਹੁੰਦਾ ਹੈ ਜਿਹੜਾ ਸਾਰਿਆਂ ਨੂੰ ਨੱਥ ਪਾ ਕੇ ਰੱਖੇ। ਨਾਥ ਸ਼ਬਦ ਬਹੁਤ ਪਿਆਰਾ ਹੈ। ਯੋਗੀਆਂ ਦੇ ਵਿੱਚ ਇੱਕ ਫਿਰਕਾ ਹੈ ਨਾਥ, ਨੱਕ ਵਿੱਚ ਨੱਥ ਪਾਈ ਜਾਂਦੀ ਹੈ,
ਨਾਥ ਹੈ ਪਰਮਾਤਮਾ, ਉਹ ਉਹਨਾਂ ਨੂੰ ਨੱਥ ਪਾਉਂਦਾ ਜਿਹੜੇ ਅਨਾਥ ਹੋ ਜਾਣ। ਧੱਕੇ ਨਾਲ ਨਹੀਂ, ਇੱਕ ਹੰਕਾਰੀਆਂ ਨੂੰ ਨੱਥ ਪਾਉਂਦਾ, ਉਹਨਾਂ ਨੂੰ ਬਲ ਨਾਲ ਪਾਉਂਦਾ, ਇੱਕ ਆਪਣੇ ਪਿਆਰਿਆਂ ਨੂੰ ਪਾ ਲੈਂਦਾ ਉਹ ਪ੍ਰੇਮ ਨਾਲ ਪਾਉਂਦਾ। ਅਨਾਥ ਘੱਟ ਘੱਟ ਨਾਥ, ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਇਸ ਤਰ੍ਹਾਂ ਅਰਦਾਸ ਕਰਨ ਦੀ ਜੁਗਤ ਸਾਡੇ ਹੱਥ ਵਿੱਚ ਆ ਗਈ। ਅਰਦਾਸ ਕਰਨ ਦਾ ਤਰੀਕਾ ਲੱਭ ਗਿਆ ਕਿ ਮੈਂ ਆਪਣੇ ਗੁਰੂ ਨਾਲ ਮਿਲ ਕੇ ਤੇਰੀ ਸ਼ਰਨ ਆਇਆ, ਮੇਰੇ ਦੁੱਖ ਅਤੇ ਦਰਦ ਦੂਰ ਕਰੋ, ਮੇਰੀ ਜ਼ਿੰਦਗੀ ਦੀ ਹਰ ਇੱਕ ਰੁਕਾਵਟ ਨੂੰ ਆਪ ਜੀ ਦੂਰ ਕਰੋ। ਅੱਗੇ ਫਿਰ ਉਹ ਸਾਰੇ ਦੁੱਖ ਗਿਣੇ। ਸਾਹਿਬ ਕਹਿੰਦੇ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿਸ ਥਾਂ 'ਤੇ ਮਾਤਾ ਦੀ ਪਹੁੰਚ ਨਹੀਂ, ਜਿਸ ਥਾਂ 'ਤੇ ਪਿਤਾ ਦਾ ਸਹਾਰਾ ਨਹੀਂ, ਜਿਸ ਥਾਂ 'ਤੇ ਪੁੱਤਰ ਦਾ ਸਹਾਰਾ ਨਹੀਂ, ਜਿੱਥੇ ਮਿੱਤਰ ਵੀ ਸਾਥ ਨਹੀਂ ਨਿਭਾਉਂਦੇ, ਭਰਾ ਵੀ ਕੰਮ ਨਹੀਂ ਦਿੰਦੇ, ਸਤਿਗੁਰੂ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਮੇਰੇ ਮਨ, ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਮੰਨ ਲੈ ਕਿ ਉਸ ਥਾਂ 'ਤੇ ਅਕਾਲ ਪੁਰਖ ਦਾ ਨਾਮ ਹੀ ਤੇਰੀ ਸਹਾਇਤਾ ਕਰਨ ਵਾਲਾ, ਤੇਰਾ ਸਹਾਈ ਹੋਣ ਵਾਲਾ ਹੈ। ਸਾਹਿਬ ਅੱਗੇ ਬਚਨ ਕਹਿੰਦੇ, ਜਹਿ ਮਹਾਂ ਭਿਆਨ ਦੂਤ ਜਮ ਦਲੈ। ਭਿਆਨ, ਭਿਆਨ ਦਾ ਅਰਥ ਹੈ ਡਰਾਵਣੇ, ਅਤੇ ਮਾੜੇ ਮੋਟੇ ਡਰਾਵਣੇ ਨਹੀਂ, ਮਹਾਂ ਭਿਆਨ, ਬੜੇ ਡਰਾਵਣੇ। ਕਈ ਲੋਕ ਕਹਿੰਦੇ ਨੇ, ਪਤਾ ਨਹੀਂ ਜਮਦੂਤ ਹੁੰਦੇ ਨੇ ਕਿ ਨਹੀਂ ਹੁੰਦੇ, ਸਬੂਤ ਦਿਓ। ਦੋ ਚੀਜ਼ਾਂ ਨੇ, ਗੁਰੂ ਸਾਹਿਬ ਤੇ ਇੱਥੇ ਇੱਕ ਜਮਦੂਤ ਦੀ ਗੱਲ ਨਹੀਂ ਕਰਦੇ। ਕਹਿਣ ਲੱਗੇ, ਜਮ ਦਲੈ, ਦਲ ਦੇ ਅਰਥ ਨੇ ਬਹੁਤ ਵੱਡੀ ਗਿਣਤੀ ਵਿੱਚ। ਇਹ ਤਾਂ ਸਾਰੇ ਗਿਆਨ ਇੱਥੇ, ਗੱਲਾਂ ਸਾਰੀਆਂ ਇੱਥੇ ਨੇ ਸਾਧ ਸੰਗਤ, ਜਦੋਂ ਉਹਨਾਂ ਨੇ ਡਾਂਗ ਫੇਰੀ ਤਾਂ ਸਭ ਕੁਝ ਸਿੱਧਾ ਹੋ ਜਾਏਗਾ। ਉੱਥੇ ਦਲ ਨੇ, ਇੱਕ ਅੱਧਾ ਨਹੀਂ। ਲੋਕ ਕਹਿੰਦੇ ਨੇ ਸਬੂਤ ਦਿਓ, ਸਬੂਤ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨ। ਸਿੱਖ ਦਾ ਤਾਂ ਸਬੂਤ ਗੁਰੂ ਕੋਲ ਹੈ, ਉਹ ਜੋ ਕੁਝ ਕਹਿੰਦਾ ਆਪਣੇ ਗੁਰੂ ਦੇ ਸਹਾਰੇ 'ਤੇ ਕਹਿੰਦਾ, ਉਹ ਕਦੀ ਨਹੀਂ ਕਹਿੰਦਾ ਵੀ ਇਹ ਹੋਵੇ, ਵੇਖਾਂ ਅਤੇ ਤਾਂ ਕਵਾਂ। ਜਦੋਂ ਗੁਰੂ ਨੇ ਕਹਿ ਦਿੱਤਾ ਤਾਂ ਸਿੱਖ ਨੇ ਵੀ ਕਹਿ ਦਿੱਤਾ, ਗੱਲ ਖਤਮ ਹੋ ਗਈ। ਦੂਜੀ ਗੱਲ, ਜਿਹਨੂੰ ਬਹੁਤਾ ਸਬੂਤ ਚਾਹੀਦਾ ਤਾਂ ਫਿਰ ਸਬੂਤ ਮਿਲ ਹੀ ਜਾਣਾ, ਜਿਸ ਦਿਨ ਇਹ ਸਮਾਂ ਆ ਗਿਆ ਉਹ ਦਿਨ ਸਬੂਤ ਮਿਲ ਜਾਏਗਾ, ਉਹ ਵੇਖੇਗਾ ਜਿਹੜਾ ਸਾਹਮਣੇ ਆ ਜਾਏਗਾ, ਸਬੂਤ ਮਿਲੇਗਾ। ਇਸ ਕਰਕੇ ਭਗਤ ਜੀ ਵੀ ਕਹਿੰਦੇ, ਬਾਣੀ ਵਿੱਚ ਕਹਿੰਦੇ, ਆਜ ਮੇਰਾ ਮਨ ਪ੍ਰਗਟ ਭਇਆ ਹੈ, ਪੇਖੀ ਵਾਲੇ ਧਰਮ ਰਾਓ। ਇਹ ਅਵਸਥਾਵਾਂ ਨੇ ਬੰਦਗੀ ਕਰਨ ਵਾਲਿਆਂ ਦੀ, ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹ ਸਾਡੇ ਵਾਂਗੂ, ਉਹਨਾਂ ਦੀ ਨਜ਼ਰ ਛੋਟੀ ਨਹੀਂ ਰਹਿੰਦੀ, ਦੇ ਲੰਮੀ ਨਜ਼ਰ ਨਿਹਾਲੀ ਹੈ, ਬੜੀ ਦੂਰ ਤੱਕ ਵੇਖ ਲੈਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਭਗਤ ਦਾ ਜ਼ਿਕਰ ਕਰਦੇ ਨੇ, ਕਹਿਣ ਲੱਗੇ, ਜਨਕ ਇੱਕ ਦਿਨ ਨਰਕ ਵੱਲ ਚਲੇ ਗਏ। ਨਰਕ ਵੱਲ ਗਏ, ਨਰਕ ਵੱਲ ਨਿਕਲੇ ਅਤੇ ਉੱਥੇ ਕੀ ਵੇਖਿਆ, ਵਿਲ ਲਾਵਣ ਜੀ ਨਰਕ ਨਿਵਾਸੀ। ਉੱਥੇ ਨਰਕ ਵਿੱਚ ਪਏ ਹੋਏ ਜੀਵ ਬੜੇ ਕੁਰਲਾ ਰਹੇ ਸਨ, ਬੜੇ ਦੁਖੀ ਸਨ, ਅਤੇ ਭਗਤ ਦੀ ਇੱਕ ਨਿਸ਼ਾਨੀ ਦੁਖੀ ਬੰਦੇ ਨੂੰ ਵੇਖ ਕੇ ਦਇਆ ਵਿੱਚ ਆ ਜਾਂਦਾ।